ਪੈਰਾ ਡਾਕਟਰ ਨਛੱਤਰ ਪਾਲ ਮਾਣਯੋਗ ਸਪੀਕਰ ਸਾਹਿਬ, ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਤੁਸੀਂ ਇਸ ਬਹੁਤ ਹੀ ਸੰਵੇਦਨਸ਼ੀਲ ਮੁੱਦੇ 'ਤੇ ਮੈਨੂੰ ਬੋਲਣ ਦਾ ਮੌਕਾ ਦਿੱਤਾ ਹੈ। ਟੰਡੀ, ਮੈਂ ਤੁਹਾਡੇ ਮਾਧਿਅਮ ਰਾਹੀਂ ਮਾਣਯੋਗ ਮੁੱਖ ਮੰਤਰੀ ਸਾਹਿਬ ਜਿਹੜਾ ਮਤਾ ਲੈ ਕੇ ਆਏ ਹਨ, ਮੈਂ ਉਸ ਦੇ ਹੱਕ ਵਿੱਚ ਬੋਲਣ ਲਈ ਖੜ੍ਹਾ ਹੋਇਆ ਹਾਂ ਅਤੇ ਉਸ ਮਤੇ ਦੀ ਪ੍ਰੋੜਤਾ ਕਰਦਾ ਹਾਂ। ਡੰਡੀ, ਜੋ ਕੇਂਦਰ ਦੀ ਸਰਕਾਰ ਨੇ ਕੇਂਦਰ ਦੇ ਸੇਵਾ ਨਿਯਮ ਚੰਡੀਗੜ੍ਹ 'ਤੇ ਲਾਗੂ ਕੀਤੇ ਹਨ, ਇਹ ਉਹੀ ਵਰਤਾਰਾ ਹੈ ਜੋ ਆਜ਼ਾਦੀ ਦੇ 74 ਸਾਲਾਂ ਤੋਂ ਪੰਜਾਬ ਅਤੇ ਪੰਜਾਬੀਆਂ ਨਾਲ ਹੋ ਰਿਹਾ ਹੈ। ਡੰਡੀ, ਪਿਛਲੇ ਸਮਿਆਂ ਅੰਦਰ ਜਿਹੜੀਆਂ ਵੀ ਸਰਕਾਰਾਂ ਰਹੀਆਂ ਹਨ, ਉਹਨਾਂ ਨੇ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਨਾਲ ਧੱਕਾ ਕੀਤਾ ਹੈ। ਡੰਡੀ, ਕਾਂਗਰਸ ਪਾਰਟੀ ਜਿਹੜੀ ਕਿ ਮੁੱਖ ਧਿਰ ਸੀ, ਜਦੋਂ ਇਸ ਦੀ ਭਾਰਤ ਪਾਕਿਸਤਾਨ ਵੰਡ ਦੇ ਮੁੱਦੇ ਤਹਿਤ ਬਰਤਾਨੀਆ ਸਰਕਾਰ ਨਾਲ ਗੱਲਬਾਤ ਹੋਈ ਤਾਂ ਪੰਜਾਬ ਦਾ 60% ਹਿੱਸਾ ਪਾਕਿਸਤਾਨ ਨੂੰ ਦੇ ਦਿੱਤਾ ਗਿਆ ਅਤੇ 20 ਲੱਖ ਦੇ ਕਰੀਬ ਲੋਕ ਉਸ ਅਦਲਾ ਬਦਲੀ ਦੌਰਾਨ ਮਾਰੇ ਗਏ, ਸ਼ਹੀਦ ਹੋ ਗਏ ਅਤੇ ਬਹੁਤ ਵੱਡਾ ਉਜਾੜਾ ਉਸ ਵੰਡ ਵਿੱਚ ਹੋਇਆ। ਡੰਡੀ, ਭਾਰਤ ਦੇ ਸੰਵਿਧਾਨ ਨੂੰ 2 ਸਾਲ 11 ਮਹੀਨੇ 18 ਦਿਨ ਹੋਣ ਨੂੰ ਲੱਗੇ ਸਨ, ਪਰ ਕੇਂਦਰ ਦੀਆਂ ਸਮੇਂ ਦੀਆਂ ਸਰਕਾਰਾਂ ਪੰਜਾਬੀਆਂ ਦੇ ਪੱਖ ਨੂੰ ਆਪਣੇ ਨਾਲ ਸਹਿਮਤ ਨਹੀਂ ਕਰ ਸਕੀਆਂ। ਡੰਡੀ, 15 ਅਗਸਤ 1947 ਨੂੰ ਪੰਜਾਬ ਦੇ ਗਵਰਨਰ ਮਾਣਯੋਗ ਚੰਦੂ ਲਾਲ ਤ੍ਰਿਵੇਦੀ ਜੀ ਲਗਾਏ ਗਏ ਔਰ 1947 ਨੂੰ ਸਿਰਫ 50 ਦਿਨਾਂ ਬਾਅਦ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਦਾ ਪੱਤਰ ਉਹਨਾਂ ਨੇ ਜਾਰੀ ਕੀਤਾ। ਡੰਡੀ, ਜਿਹੜੀ ਇਹਨਾਂ ਦੀ ਮਨਸ਼ਾ ਹੈ ਉਹ ਪੱਤਰ ਸਾਨੂੰ ਦਰਸਾਉਂਦਾ ਹੈ। ਡੰਡੀ, ਸਪੀਕਰ ਸਾਹਿਬ ਭਾਸ਼ਾ ਦੇ ਆਧਾਰ 'ਤੇ ਸੂਬੇ ਬਣਾਏ ਗਏ। ਡੰਡੀ, ਆਜ਼ਾਦੀ ਤੋਂ ਬਾਅਦ ਸਾਲ 1953 ਵਿੱਚ ਆਂਧਰਾ ਪ੍ਰਦੇਸ਼ ਬਣਾਇਆ ਗਿਆ, ਬੰਬੇ ਸਟੇਟ ਨੂੰ ਤੋੜ ਕੇ ਗੁਜਰਾਤ ਔਰ ਮਹਾਰਾਸ਼ਟਰ ਬੋਲੀ ਦੇ ਆਧਾਰ 'ਤੇ ਬਣਾਏ ਗਏ। ਡੰਡੀ, ਇਹ ਕੰਮ 1956 ਨੂੰ 14 ਰਾਜ ਔਰ ਜਿਹੜੇ 6 UT ਹਨ ਉਹਨਾਂ ਬਾਰੇ ਮੌਕੇ ਦੇ ਕਮਿਸ਼ਨ ਸੀ, ਚਾਹੇ ਉਹ JBP ਕਮਿਸ਼ਨ ਸੀ, ਚਾਹੇ ਫਜ਼ਲ ਅਲੀ ਕਮਿਸ਼ਨ ਸੀ, ਚਾਹੇ ਸ਼ਾਹ ਕਮਿਸ਼ਨ ਸੀ। ਉਹਨਾਂ ਨੇ ਕਿਹਾ ਕਿ ਜਿਹੜੇ ਰਾਜ ਹਨ ਉਹ ਬੋਲੀ ਦੇ ਆਧਾਰ 'ਤੇ ਬਣਾਏ ਜਾਣੇ ਚਾਹੀਦੇ ਹਨ, ਪਰ 1966 ਤੋਂ ਲੈ ਕੇ ਹੁਣ ਤੱਕ ਸਾਨੂੰ ਆਪਣੀ ਕੋਈ ਪੱਕੀ ਰਾਜਧਾਨੀ ਨਹੀਂ ਮਿਲੀ, ਕਿਉਂਕਿ ਪਹਿਲਾਂ ਰਾਜਧਾਨੀ ਲਾਹੌਰ ਰਹੀ, ਸਾਲ 1947 ਤੋਂ 1953 ਤੱਕ ਸ਼ਿਮਲਾ ਰਹੀ, ਸਾਲ 1953 ਤੋਂ 1966 ਤੱਕ ਚੰਡੀਗੜ੍ਹ ਰਹੀ ਅਤੇ 1960 ਤੋਂ ਬਾਅਦ ਜਿਹੜੇ ਸੂਬੇ ਬਣੇ ਉਹਨਾਂ ਬਾਰੇ ਮਾਣਯੋਗ ਮੈਂਬਰ ਸਾਹਿਬ ਦੱਸ ਕੇ ਗਏ ਹਨ ਕਿ ਉਹਨਾਂ ਨੂੰ ਆਪਣੀਆਂ ਰਾਜਧਾਨੀਆਂ ਦਿੱਤੀਆਂ ਗਈਆਂ ਹਨ, ਪਰ ਸਾਨੂੰ ਅੱਜ ਤੱਕ ਵੀ ਆਪਣੀ ਰਾਜਧਾਨੀ ਆਜ਼ਾਦਾਨਾ ਤੌਰ 'ਤੇ ਨਹੀਂ ਮਿਲੀ। ਡੰਡੀ, ਸਾਲ 1985 ਦੇ ਵਿੱਚ ਸ਼੍ਰੀ ਰਾਜੀਵ ਗਾਂਧੀ ਲੌਂਗੋਵਾਲ ਸਮਝੌਤਾ ਹੋਇਆ। ਡੰਡੀ, ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਗੱਲ, ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣ ਦੀ ਜਿਹੜੀ ਗੱਲ ਹੋਈ ਸੀ ਉਹ ਅੱਜ ਤੱਕ ਲਾਗੂ ਨਹੀਂ ਹੋਈ। ਡੰਡੀ, ਕੇਂਦਰ ਦੀ ਸਰਕਾਰ ਨੇ ਹਰ ਸਮੇਂ ਦੇ ਉੱਤੇ ਪੰਜਾਬ ਦੇ ਨਾਲ ਧੱਕਾ ਕੀਤਾ ਹੈ। ਡੰਡੀ, ਚਾਹੇ ਉਹਨਾਂ ਨੇ ਸਿਟਕੋ ਦਾ MD UT ਕੇਡਰ ਤੋਂ ਲਗਾਇਆ, ਚਾਹੇ ਭਾਖੜਾ ਵਿਆਸ ਮੈਨੇਜਮੈਂਟ ਬੋਰਡ ਦੇ 2 ਮੈਂਬਰ ਉਸ ਨੇ ਆਪਣੀ ਮਰਜ਼ੀ ਨਾਲ ਲਗਾਏ। ਡੰਡੀ, ਮਾਣਯੋਗ ਸਪੀਕਰ ਮੈਂਬਰ ਸਾਹਿਬ ਕੰਕਲੂਡ ਕਰ ਦਿਓ ਜੀ। ਡੰਡੀ।